ਦਿਓ ਜਾਣਕਾਰੀ ਜਿਹੜਾ ਅੱਜ ਟਰੱਕ ਯੂਨੀਅਨ ਦਾ ਮੋਗਾ ਦੇ ਵਿੱਚ ਵਿਵਾਦ ਚੱਲ ਰਿਹਾ ਸੀਗਾ, ਪ੍ਰਧਾਨ ਜੁੜ ਚੁੱਕੇ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜਿੰਨੇ ਵੀ ਟਰੱਕ ਯੂਨੀਅਨ ਦੇ ਓਪਰੇਟਰ ਅਤੇ ਮੇਰੇ ਸਤਿਕਾਰਯੋਗ ਵੀਰ ਸਰਦਾਰ ਹਰਜਿੰਦਰ ਸਿੰਘ ਜੀ, ਰੋਡੇ ਜੀ, ਕਾਕਾ ਵੀਰ ਅਤੇ ਜਿੰਨੇ ਹੋਰ ਵੀ MC ਸਾਹਿਬ ਅਤੇ ਜਿੰਨੇ ਵੀ ਪਹੁੰਚਿਆ, ਸਾਰਿਆਂ ਨੂੰ ਫਤਿਹ ਦੀ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਕਿ ਮਾਣਯੋਗ MLA ਸਾਹਿਬ ਉਹਨਾਂ ਦੀਆਂ ਮਿਹਨਤਾਂ ਦੇ ਸਦਕਾ ਜਿੱਥੇ ਕਿ ਵੇਖ ਰਹੇ ਹਾਂ ਆਪਾਂ ਮੋਗੇ ਸ਼ਹਿਰ ਦੇ ਵੱਖ ਵੱਖ ਕਾਰਜਾਂ ਦੇ ਵਿੱਚ ਹਮੇਸ਼ਾ ਹੀ ਉਹਨਾਂ ਦਾ ਯੋਗਦਾਨ ਅਤੇ ਉਹਨਾਂ ਦੀ ਮਿਹਨਤ ਸਦਕਾ ਆ ਜੋ ਉਪਰਾਲੇ ਨਵੇਂ ਤੋਂ ਨਵੇਂ ਹੋ ਰਹੇ, ਕਿਉਂਕਿ ਜਿਹੜਾ ਇਹ ਟਰੱਕ ਯੂਨੀਅਨ ਦਾ ਬਹੁਤ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਸੀ, ਕਲਾ ਜੋ ਇਹ ਤਣਾਅ ਸੀ, ਅੱਜ ਉਹ ਮਾਣਯੋਗ MLA ਸਾਹਿਬ ਦੇ ਰਹਿਨਮਾਈ ਹੇਠ ਜਾਂ ਉਹਨਾਂ ਦੀ ਮਿਹਨਤ ਨਾਲ ਬਹੁਤ ਸੋਹਣਾ ਇਹ ਕਾਰਜ ਹੋ ਗਿਆ ਕਿ ਜਿਹੜੀ ਟਰੱਕ ਯੂਨੀਅਨ ਦਾ ਅੱਜ ਗੇਟ 12 ਸਾਲ ਬਾਅਦ ਖੋਲ੍ਹਿਆ ਗਿਆ। ਬਹੁਤ ਸ਼ਲਾਘਾ ਜੋ, ਕਿਉਂਕਿ ਸਾਰੇ ਹੀ ਭਰਾ ਆਪਣੇ, ਚਾਹੇ ਕੋਈ ਅਮੀਰ ਆ ਚਾਹੇ ਮਿਡਲ ਕਲਾਸ ਆ, ਕਿਉਂਕਿ ਜ਼ਿਆਦਾ ਜਿਹੜਾ ਟਰੱਕ ਓਪਰੇਟਰ ਆ ਕਿਉਂਕਿ ਮਿਡਲ ਕਲਾਸ ਫੈਮਲੀਆਂ ਨਾਲ ਹੀ ਤਾਲਮੇਲ ਕਰਦਾ ਵਾ ਅਤੇ ਆਪਣਾ ਸੰਘਰਸ਼ ਜਿਹੜਾ ਕਿ ਆਪਣਾ ਮਿਹਨਤ ਦੇ ਸਦਕਾ ਆਪਣਾ ਘਰ ਦਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ। ਬਹੁਤ ਸ਼ਲਾਘਾਯੋਗ ਕਦਮ ਆ ਜੋ ਇਹ ਟਰੱਕ ਯੂਨੀਅਨ ਦਾ ਅੱਜ ਗੇਟ ਖੋਲ੍ਹਿਆ ਗਿਆ। ਸਭ ਵਧਾਈ ਦੇ ਪਾਤਰ ਆ ਮੇਰੇ ਭਰਾ ਜਿੰਨੇ ਵੀ ਇੱਥੇ ਅੱਜ ਪਹੁੰਚੇ ਆ, ਅਤੇ ਸਭ ਨੂੰ ਵਧਾਈਆਂ ਦਿੰਦਾ ਵਾ ਵੀ ਆਪਣਾ ਜੋ ਅਗਲਾ ਉਹ ਕਾਰਜ ਆ ਅਤੇ ਵਧੀਆ ਅਤੇ ਸੁਚੱਗੇ ਢੰਗ ਨਾਲ ਕਰਨਗੇ, ਅਤੇ ਜਿਹੜਾ ਕਿ ਗੁਰਦੁਆਰਾ ਸਾਹਿਬ ਵਾਲਾ ਵਿੱਚ ਵੀ ਅੱਗੇ ਤੋਂ ਚਹਿਲ ਪਹਿਲ ਹੋਰ ਵੀ ਵਧੇਗੀ, ਕਿਉਂਕਿ ਜਿੰਨੇ ਟਰੱਕ ਓਪਰੇਟਰ ਵੀਰ ਆ ਜਾਂ ਸਾਡੇ ਹੋਰ ਭਰਾ ਵਾ ਜਿੱਥੇ ਕਿ ਆਪਣਾ ਕਾਰਜ ਵੀ ਕਰਨਗੇ ਅਤੇ ਉੱਥੇ ਗੁਰਦੁਆਰਾ ਸਾਹਿਬ 'ਚ ਨਮਸਕਾਰ ਹੋ ਕੇ ਅਤੇ ਅੱਗੇ ਕਾਮਨਾ ਕਰਨਗੇ ਕਿ ਵੀ ਅਸੀਂ ਵਧੀਆ ਅਤੇ ਸੁਚੱਜੇ ਢੰਗ ਨਾਲ ਜੀ ਉਹ ਕਾਰਜ ਕੀਤੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਟਰੱਕ ਯੂਨੀਅਨ ਦਾ ਜਿਹੜਾ ਕਿ ਪੰਚਾਇਤ ਲੱਗੀ ਸੀ ਅੱਜ ਖੋਲ੍ਹੀ ਗਈ ਹੈ, ਕੀ ਕਹਿਣਾ ਚਾਹੋਗੇ ਜੀ? ਸਭ ਤੋਂ ਪਹਿਲਾਂ ਜਿੰਨੇ ਵੀ ਤੁਹਾਡਾ ਚੈਨਲ ਦੇਖ ਰਹੇ ਆ ਸਾਰਿਆਂ ਨੂੰ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਹੈਗਾ ਬੜਾ ਖੁਸ਼ੀ ਵਾਲਾ ਦਿਨ ਹੈ ਟਰੱਕ ਓਪਰੇਟਰ ਯੂਨੀਅਨ ਵਾਸਤੇ ਕਿ ਕਰੀਬ 10 ਸਾਲ ਬਾਅਦ ਅੱਜ ਇਹ ਦਰਵਾਜ਼ਾ ਖੁੱਲ੍ਹਿਆ। ਬਹੁਤ ਲੰਮਾ ਸਮਾਂ ਪਹਿਲਾਂ ਇੱਥੇ ਕੁਛ ਲੜਾਈ ਝਗੜਾ ਹੋਣ ਕਰਕੇ ਇੱਥੇ ਟਰੱਕ ਓਪਰੇਟਰਾਂ ਦੀ ਆਪਸ ਵਿੱਚ ਖਹਿਬਾਜ਼ੀ ਹੋਣ ਕਰਕੇ ਇੱਥੇ 145 ਲੱਗ ਗਈ ਸੀਗੀ। ਪਰ ਮੈਂ ਸਮਝਦਾ ਕਿ ਸਾਡੇ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਸੂਝਬੂਝ ਦੇ ਨਾਲ ਅੱਜ ਇੱਥੋਂ ਦਾ ਦੁਬਾਰਾ ਫਿਰ ਉਹੀ ਮਾਹੌਲ ਦੇਖਣ ਨੂੰ ਮਿਲੇਗਾ ਕਿ ਇੱਥੇ 145 ਟੁੱਟ ਗਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਸਾਰਾ ਟਰੱਕ ਓਪਰੇਟਰ ਜਿਹੜੇ ਹੈਗੇ ਆ ਆਪਦਾ ਕੰਮ ਕਰਨਗੇ, ਕਿਉਂਕਿ ਪਹਿਲਾਂ ਇਹਨਾਂ ਨੂੰ ਕਿਰਾਏ 'ਤੇ ਲੈ ਕੇ ਕੰਮ ਕਰਨਾ ਪੈਂਦਾ ਸੀ, ਇਹ ਆਪਦੀ ਜਗ੍ਹਾ ਤੋਂ ਪਾਸੇ ਸੀ। ਟਰੱਕ ਓਪਰੇਟਰਾਂ ਦੇ ਵਿੱਚ ਵੀ ਬਹੁਤ ਖੁਸ਼ੀ ਹੈ ਕਿ ਸਾਨੂੰ ਬੜੇ ਲੰਮੇ ਸਮੇਂ ਬਾਅਦ ਅੱਜ ਫਿਰ ਉਸ ਥਾਂ 'ਤੇ ਜਾਣ ਦਾ ਮੌਕਾ ਮਿਲਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਪੂਰੀ ਚਹਿਲ ਪਹਿਲ ਹੋਊਗੀ। ਜਿਹੜੇ 10 ਸਾਲ ਦਾ ਪਿਛਲਾ ਇਹ ਲੋਕ ਜਿਹੜੇ ਟਰੱਕ ਓਪਰੇਟਰ ਯੂਨੀਅਨ ਦੇ ਆਗੂ ਹੈ ਉਹ ਇੱਥੋਂ ਪਾਸੇ ਰਹੇ ਆ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ। ਨਹੀਂ, ਯੂਨੀਅਨ 'ਚ ਤਾਂ ਕੋਈ ਰੌਲਾ ਨਹੀਂ ਗਾ, ਕਿਉਂਕਿ ਇੱਥੇ 145 ਲੱਗੀ ਹੋਣ ਕਰਕੇ ਉਹ ਵੱਖਰੇ ਰਹਿ ਰਹੇ ਸੀਗੇ। ਸੋ ਯੂਨੀਅਨ ਇੱਕ ਹੀ ਹੈ ਅਤੇ ਇੱਕ ਹੀ ਰਹੂਗੀ। ਫਿਰ ਜੀ, 12 ਸਾਲਾਂ ਬਾਅਦ ਜਿਹੜੇ ਕਿ ਟਰੱਕ ਯੂਨੀਅਨ ਦੇ ਦਰਵਾਜ਼ੇ ਖੁੱਲ੍ਹੇ ਆ, ਇਹ ਕਾਫੀ ਸਮੇਂ ਤੋਂ ਬੰਦ ਸੀ, ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਜੋ ਚੈਨਲ ਵੇਖਦੇ ਤੁਹਾਡੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ, ਸਤਿ ਸ਼੍ਰੀ ਅਕਾਲ ਬੁਲਾਉਣਾ। ਇਹ ਤਾਂ ਜੀ ਜਿੰਨੇ ਵੀ ਗਰੀਬ ਜਨਤਾ ਓਪਰੇਟਰ ਆ ਉਹਨਾਂ ਦੇ ਵਧਾਈ ਦੇ ਪਾਤਰ ਆ। ਉਹ ਵਿਚਾਰੇ ਕਿਤੇ ਕੋਈ ਸੜਕਾਂ 'ਤੇ ਬੈਠੇ ਕਿਤੇ ਬੈਠੇ ਆ, ਬਹਿਣ ਨੂੰ ਜਗ੍ਹਾ ਹੈ ਨਹੀਂ ਸੀਗੀ। ਅਤੇ ਸਾਡੇ ਮਾਣਯੋਗ MLA ਅਮਨਦੀਪ ਕੌਰ ਅਰੋੜਾ ਜੀ, ਉਹਨਾਂ ਦੀ ਮਿਹਨਤ ਸਦਕਾ ਸਾਰਾ ਕੁਛ ਹੋ ਰਿਹਾ ਹੈ ਅਤੇ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ। ਉਹ ਗਰੀਬਾਂ ਬੰਦਿਆਂ ਨਾਲ ਖੜ੍ਹਦੇ ਰਹੇ ਆ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੋਰ ਜਿੰਨੇ ਵੀ ਟਰੱਕ ਯੂਨੀਅਨ ਦੇ ਓਪਰੇਟਰ ਆ,
ਉਹਨਾਂ ਨੂੰ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।